ਨਕੋਦਰ ਵਿੱਚ ਰੋਸ ਪ੍ਰਦਰਸ਼ਨ। ਸੰਗਰੂਰ ਦੇ ਭਗਵਾਨਪੁਰ ਵਿੱਚ ਬੋਰਵੇਲ ਵਿੱਚ ਫਸੇ ਫਤਿਹਵੀਰ ਦੀ ਅੱਜ ਮੌਤ ਤੋਂ ਬਾਅਦ ਨਕੋਦਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ 'ਤੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਦਰਸ਼ਨ ਸੋਪਤੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਹਰ ਮੁੱਦੇ ਉੱਤੇ ਫੇਲ ਹੋ ਰਹੀ ਹੈ। ਜੇਕਰ ਸਰਕਾਰ ਚਾਹੁੰਦੀ ਤਾਂ ਬੱਚੇ ਨੂੰ ਜ਼ਿੰਦਾ ਹੀ ਬਾਹਰ ਕੱਢ ਸਕਦੀ ਸੀ। ਇਸ ਵਿੱਚ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਬਿਲਕੁਲ ਫੇਲ ਨਜ਼ਰ ਆਇਆ ਹੈ। ਇਸ ਲਈ ਕੈਪਟਨ ਸਰਕਾਰ ਨੂੰ ਛੇਤੀ ਤੋਂ ਛੇਤੀ ਆਪਣਾ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਸ ਮੌਕੇ 'ਤੇ ਫਤਿਹਵੀਰ ਦੀ ਆਤਮਾ ਦੀ ਸ਼ਾਂਤੀ ਲਈ 2 ਮਿੰਟ ਦਾ ਮੌਨ ਵੀ ਰੱਖਿਆ ਗਿਆ। ਦੇਖੋ ਜੀ, ਸਭ ਤੋਂ ਪਹਿਲਾਂ ਜਿਨ੍ਹਾਂ ਦੇ ਘਰ ਵੀ ਸੀ ਪਤਾ ਤਾਂ ਉਹਨਾਂ ਨੂੰ ਲੱਗਦਾ, ਇਹਨਾਂ ਨੇ ਤਾਂ ਆਪਣੀ ਸਰਕਾਰ ਨੂੰ ਮੌਜ ਮਸਤੀ ਦਾ ਅੱਡਾ ਬਣਾਇਆ ਹੋਇਆ। ਸਰਕਾਰ ਨੇ ਇੱਕ ਗਰੀਬ ਪਰਿਵਾਰ ਦਾ ਬੱਚਾ ਸੀ ਜਿਹੜਾ ਗੋਦ ਦੇ ਵਿੱਚ ਡਿੱਗ ਗਿਆ, ਉਹਨੂੰ ਬਾਹਰ ਕੱਢਣ ਦਾ ਕੋਈ ਖਾਸ ਉਪਾਅ ਜਿਹੜਾ ਇਹਨਾਂ ਕੋਲ ਨਹੀਂ ਹੋਇਆ। 6 ਦਿਨ ਬੱਚਾ ਉਸ ਬੋਰ ਦੇ ਅੰਦਰ ਡਿੱਗਿਆ ਰਿਹਾ। ਜਿਹੜੇ ਮਾਂ ਬਾਪ ਦਾ ਬੱਚਾ ਚੱਲ ਗਿਆ, ਦੁੱਖ ਤਾਂ ਉਹਨਾਂ ਨੂੰ ਆ, ਇਹਨਾਂ ਨੂੰ ਕੀ ਦੁੱਖ ਆ, ਇਹ ਆਪਣੇ ਕਮਰਿਆਂ 'ਚ ਬੈਠੇ ਆ। ਹਾਂ, ਦੁੱਖ ਇਹ ਸੀ ਜੇ ਕਿਤੇ ਅਫਸਰਾਂ ਦਾ ਕਿਤੇ ਜਨਮ ਦਿਨ ਨਾ ਮਨਾਇਆ ਜਾਂਦਾ ਇਹਦੇ ਕੋਲੋਂ, ਫਿਰ ਸ਼ਾਇਦ ਇਹਨੂੰ ਇਹ ਦੁੱਖ ਹੋ ਜਾਂਦਾ ਕੈਪਟਨ ਨੂੰ। ਲੇਕਿਨ ਉਹਨੂੰ ਆਪਣੇ ਰੰਗ ਰਲੀਆਂ ਮਨਾਉਣ ਦਾ ਤਾਂ ਪਤਾ, ਲੇਕਿਨ ਜਿਹੜਾ ਗਰੀਬ ਦਾ ਇੱਕ ਦਾ ਬੱਚਾ ਡਿੱਗ ਗਿਆ, ਕੀ ਗੱਲ, ਉਹ ਗਰੀਬ ਪਰਿਵਾਰ ਦਾ ਸੀ, ਆਮ ਇਨਸਾਨ ਦਾ ਇੱਕ ਛੋਟੇ ਪਰਿਵਾਰ ਦਾ ਬੱਚਾ ਸੀ। ਉਹਦੀ ਸਜ਼ਾ ਇਹ ਹੈ ਕਿ ਵੀ ਪੰਜਾਬ ਦੇ ਵਿੱਚ ਸਰਕਾਰ ਜਿਹੜਾ ਕਿ ਉਪਾਏ ਕਰ ਸਕਦੀ ਸੀ, ਇੱਥੇ ਸਭ ਕੁਛ ਹੈਗਾ ਇੰਡੀਆ ਦੇ ਅੰਦਰ, ਇੰਟੈਲੀਜੈਂਸੀ ਆ, ਹਰ ਤਰ੍ਹਾਂ ਦੇ ਔਜ਼ਾਰ ਆ। ਅਸੀਂ ਵਿਸ਼ਵ ਦੀ ਜਿਹੜੀ ਇੱਕ ਮੈਨੂੰ ਲੱਗਦਾ ਇੰਡੀਆ ਜਿਹੜੀ ਆਪਣੀ 3ਜੀ ਸ਼ਕਤੀ ਬਣ ਰਹੇ ਹਾਂ, ਸਭ ਕੁਛ ਹੋ ਸਕਦਾ। ਲੇਕਿਨ ਇਹ ਸਿਰਫ ਆਪਣੀ ਨਲਾਇਕੀ ਜਾਂ ਕੰਮ ਕਰਨ ਦਾ ਜਿਹੜਾ ਨਾ ਨਤੀਜਾ, ਉਹ ਤਾਂ ਦੇਖਦਾ ਹੀ ਆ। ਸਰਕਾਰ ਹਰ ਪੱਖ ਦੇ ਉੱਤੇ ਇਸ ਸਮੇਂ ਜਿਹੜੀ ਆ ਫੇਲ ਜਾ ਰਹੀ ਆ। ਸੰਗਰੂਰ ਜ਼ਿਲ੍ਹੇ ਦੇ ਵਿੱਚ ਜੋ ਇਹ ਮੰਦਭਾਗੀ ਘਟਨਾ ਹੋਈ ਆ, ਬਹੁਤ ਦੁੱਖਦਾਈ ਘਟਨਾ ਵਾ। ਜੋ ਬੱਚਾ ਇੱਕੋ ਇੱਕ ਬੱਚਾ ਇਕਲੌਤਾ ਮਾਂ ਬਾਪ ਦਾ, ਜਿਹੜਾ ਕਿ ਬੜੇ ਸੁੱਖਣਾ ਨਾਲ ਉਹਨਾਂ ਨੇ ਲਿਆ ਸੀ, ਉਹ ਬੋਰ ਦੇ ਵਿੱਚ ਜਾ ਡਿੱਗਾ। ਇਹ ਸਰਕਾਰ ਨੇ ਉਹਦੇ ਲਈ ਕੋਈ ਉਪਰਾਲਾ ਨਹੀਂ ਕੀਤਾ। ਅੱਜ ਜਿਸ ਤਰ੍ਹਾਂ ਮੇਰੇ ਸਾਥੀਆਂ ਨੇ ਦੱਸਿਆ ਵੀ ਕਈਆਂ ਤੇ ਰੰਬਿਆਂ ਨਾਲ ਇਹ ਕੋਸ਼ਿਸ਼ ਕਰਦੇ ਰਹੇ, ਕਈਆਂ ਰੰਬਿਆਂ ਨਾਲ ਕਿਤੇ ਬੱਚਾ ਨਿਕਲਦਾ ਵਾ। ਇਹਨਾਂ ਦੇ ਕੋਲ ਕੋਈ ਉਪਰਾਲਾ ਨਹੀਂ, ਕੋਈ ਮਸ਼ੀਨਰੀ, ਕੋਈ ਸਰਕਾਰ ਨੇ ਹੈਲਪ ਨਹੀਂ ਕੀਤੀ, ਜਦਕਿ ਇਹਨਾਂ ਦੀ ਆਪਣੀ ਲੜਾਈ ਆ। ਇਹ ਆਪਣੀ ਲੜਾਈ ਅੰਦਰ ਬਹਿ ਕੇ ਲੜਨ, ਜਦਕਿ ਜਨਤਾ ਨੂੰ ਕੋਈ ਇੱਦਾਂ ਦੀ ਦੁੱਖਦਾਈ ਘਟਨਾ ਦੁਬਾਰਾ ਨਹੀਂ ਹੋਣੀ ਚਾਹੀਦੀ। ਇਹ ਉਸ ਮਾਂ ਬਾਪ ਨੂੰ ਪਤਾ ਜਿਨ੍ਹਾਂ ਦਾ ਇੱਕੋ ਇੱਕ ਬੱਚਾ ਚਲ ਗਿਆ, ਅਤੇ ਕੈਪਟਨ ਨੂੰ ਤਾਂ ਆਪਦੇ ਐਸ਼ੋ ਆਰਾਮ ਦੇ ਵਿੱਚ ਟਾਈਮ ਨਹੀਂ ਹੈਗਾ, ਇਹ ਆਪ ਏਸੀਆਂ ਥੱਲੇ ਬੈਠੇ ਆ। ਇਹ ਦੇਖੋ ਹੁਣ ਜਿਹੜਾ ਇਹ ਘਟਨਾ ਹੋਈ ਆ, ਇਸ ਘਟਨਾ ਦੇ ਵਿੱਚ ਪੰਜਾਬ ਸਰਕਾਰ ਜ਼ਿੰਮੇਦਾਰ ਆ, ਕੈਪਟਨ ਜ਼ਿੰਮੇਦਾਰ ਆ। ਕੈਪਟਨ ਸਰਕਾਰ ਨੂੰ ਇਸ ਘਟਨਾ ਵੱਲ ਦੇਖਦੇ ਆਪ ਖੁਦ ਹੀ ਅਸਤੀਫਾ ਦੇਣਾ ਚਾਹੀਦਾ।